ਸੋ ਲਿਆਓ ਜੀ, ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਆਪਾਂ ਸਟੋਪ ਲੌਸ ਦੇ ਬਾਰੇ ਕਿ ਸਟੋਪ ਲੌਸ ਕਿਉਂ ਜ਼ਰੂਰੀ ਹੈ, ਥੋੜ੍ਹੀ ਜਿਹੀ ਸਾਈਕੋਲੋਜੀ ਉਹਦੇ ਪਿੱਛੇ ਕੀ ਆ। ਸੋ ਸਟੋਪ ਲੌਸ ਦਾ ਤਾਂ ਪਹਿਲਾਂ ਸਿੰਪਲ ਜਿਹਾ ਤੁਸੀਂ ਮਤਲਬ ਇਹ ਸਮਝਣਾ ਹੈ ਕਿ ਆਪਾਂ ਸਟੋਪ ਲੌਸ ਲਗਾ ਕਿਉਂ ਰਹੇ ਹਾਂ, ਕਾਰਨ ਕੀ ਨੇ। ਸੋ ਮੈਂ ਆਲਵੇਜ਼ ਜਦੋਂ ਸੈਸ਼ਨ ਦੇ ਵਿੱਚ ਟੀਚ ਕਰਦਾ ਇਹੀ ਦੱਸਦਾ ਹੁੰਦਾ ਕਿ ਜਦੋਂ ਤੁਹਾਨੂੰ ਕਿਸੇ ਵੀ ਚੀਜ਼ ਦੇ ਪਿੱਛੇ ਵਾਏ ਪਤਾ ਲੱਗ ਗਈ ਜਾਂ ਰੀਜ਼ਨ ਪਤਾ ਲੱਗ ਗਿਆ ਕਿ ਕੀ ਆ, ਫਿਰ ਤੁਸੀਂ ਉਹ ਚੀਜ਼ ਭੁੱਲਦੇ ਨਹੀਂ, ਯਾਦ ਰੱਖਦੇ ਹੋ। ਸੋ ਕੁਐਸਚਨ ਆਨਸਰਿੰਗ ਹੀ ਕਰਾਂਗੇ, ਲਾਈਕ ਵਾਲਾ ਕੰਮ ਚੱਕ ਦਿਓ, ਉਹਦੀ 10,000 ਤੇ ਦਿਓ 50 ਸਪੀਡਾਂ ਦੇ ਵਿੱਚ ਜੇ ਕਰ ਸਕਦੇ ਹੋ। ਇੰਨਾ ਡਬਲ ਟੈਪ ਤੁਸੀਂ ਨਹੀਂ ਛੱਡਣੀ ਤਾਂ ਟੀਚ ਕਰਨਾ ਮੈਂ ਨਹੀਂ ਛੱਡਣਾ। ਸੋ ਰੀਜ਼ਨ ਰੀਜ਼ਨ ਕੀ ਆ, ਹੁਣ ਸਟੋਪ ਲੌਸ ਦੇ ਪਿੱਛੇ ਰੀਜ਼ਨ ਕੀ ਆ ਜੀ, ਲਿਆਓ ਹੁਣ ਦਿਮਾਗ ਫਰੋਲੀ ਆਪਾਂ, ਕਿਉਂਕਿ ਮੈਂ ਦੱਸਣ ਦੇ ਨਾਲੋਂ ਜਦੋਂ ਤੁਹਾਨੂੰ ਕੁਐਸਚਨ ਪੁੱਛੂੰਗਾ ਤੇ ਦੱਸੋਗੇ ਤੇ ਫਿਰ ਵਧੀਆ ਗੱਲਬਾਤ ਸਮਝ ਪਊਗੀ। ਸੋ ਸਟੋਪ ਲੌਸ ਲਾਈਦਾ ਕਿਉਂ ਆ ਜੀ, ਕੀ ਕਾਰਨ ਦੱਸੋ ਜੀ। ਸੋ ਲੌਸ ਨੂੰ ਰੋਕਣ ਦੇ ਲਈ ਮਾਹਲ ਜੀ ਕਹਿੰਦੇ ਮਿਨੀਮਾਈਜ਼ ਲੌਸ ਕਰਨ ਦੇ ਲਈ, ਬਾਜਵਾ ਸਾਹਿਬ ਕਹਿੰਦੇ ਲੌਸ ਨੂੰ ਰੋਕਣ ਦੇ ਲਈ, ਹੋਰ ਕੋਈ ਰਿਸਕ ਮੈਨੇਜ ਕਰਨ ਦੇ ਲਈ, ਠੀਕ ਆ, ਟੂ ਸਟੋਪ ਔਰ ਮੈਕਸ ਲੌਸ, ਹਾਂਜੀ ਸੇਵ ਮਨੀ ਪੈਸਾ ਬਚਾਉਣ ਦੇ ਲਈ, ਠੀਕ ਹੈ ਜੀ, ਟੂ ਸੇਵ ਯੋਰ ਕੈਪੀਟਲ, ਆਪਣਾ ਜਿਹੜਾ ਕੈਪੀਟਲ ਆ ਜਿਹੜੇ ਪੈਸੇ ਪਾਏ ਆ ਅਕਾਊਂਟ ਦੇ ਵਿੱਚ ਉਹ ਸੇਵ ਕਰਨ ਦੇ ਲਈ ਆਪਾਂ ਸਟੋਪ ਲੌਸ ਲਾਉਂਦੇ ਹਾਂ, ਸਹੀ ਆ, ਠੀਕ ਆ, ਸੇਫਟੀ ਨੈੱਟ ਆਪਣਾ, ਜਾਣੀ ਕਿ ਸੇਫਟੀ ਹੈਗੀ ਆਪਣੇ ਪੈਸੇ ਦੀ, ਆਪਣਾ ਜਿਹੜਾ ਇਨਕਮ ਪਾਏ ਹੋਏ ਪੈਸੇ ਵਿੱਚ ਉਹੀ ਆ ਗਿਆ ਟੂ ਸੇਵ ਕੈਪੀਟਲ। ਸੋ ਜਾਣੀ ਕਿ ਜਿਹੜੇ ਵੀ ਆਨਸਰ ਤੁਸੀਂ ਦਿੱਤੇ ਆ ਉਹ ਗਲਤ ਨਹੀਂ ਹੈਗੇ, ਸਾਰੇ ਆਨਸਰ ਸਹੀ ਆ। ਸੋ ਸਟੋਪ ਲੌਸ ਲਾਉਣ ਦਾ ਰੀਜ਼ਨ ਕੀ ਆ ਆਪਣਾ, ਉਹੀ ਕਿ ਆਪਣੀ ਕੈਪੀਟਲ ਨੂੰ ਸੇਵ ਕਰਨਾ, ਰਿਸਕ ਮਿਨੀਮਾਈਜ਼ ਕਰਨਾ, ਲੌਸ ਨੂੰ ਮਿਨੀਮਾਈਜ਼ ਕਰਨਾ, ਲੌਸ ਘੱਟ ਕਰਨਾ। ਸੋ ਚਾਹੇ ਉਹਨੂੰ ਪੰਜਾਬੀ 'ਚ ਦੱਸ ਲਓ, ਚਾਹੇ ਉਹਨੂੰ ਇੰਗਲਿਸ਼ ਦੇ ਵਿੱਚ ਦੱਸ ਲਓ। ਹੁਣ ਜਦੋਂ ਤੁਹਾਨੂੰ ਰੀਜ਼ਨ ਪਤਾ ਆ ਜੀ, ਰੀਜ਼ਨ ਜਦੋਂ ਤੁਹਾਨੂੰ ਪਤਾ ਆ ਫਿਰ ਆਪਾਂ ਕਿਉਂ ਨਹੀਂ ਲਾਉਂਦੇ, ਠੀਕ ਹੈ। ਰੀਜ਼ਨ ਪਤਾ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਬੰਦੇ ਸਟੋਪ ਲੌਸ ਨਹੀਂ ਲਾਉਂਦੇ, ਹੁਣ ਉਹਦਾ ਕੀ ਰੀਜ਼ਨ ਆ ਜੀ, ਸਟੋਪ ਲੌਸ ਨਾ ਲਾਉਣ ਦਾ ਰੀਜ਼ਨ ਕੀ ਆ। ਜਾਣੀ ਕਿ ਜਿਹੜਾ ਲਾਉਣ ਦਾ ਕਾਰਨ ਉਹ ਤੁਸੀਂ ਦੱਸ ਦਿੱਤਾ, ਬਟ ਇਹ ਪਤਾ ਹੋਣ ਦੇ ਬਾਵਜੂਦ ਵੀ ਕਈ ਬੰਦੇ ਨਹੀਂ ਲਾਉਂਦੇ, ਉਹਦਾ ਕੀ ਕਾਰਨ ਹੋਊਗਾ। ਸੋ ਉੱਤੇ ਥੋੜ੍ਹੀ ਜਿਹੀ ਝਾਤ ਮਾਰਦੇ ਹਾਂ ਹੁਣ, ਦੱਸੋ ਜੀ ਕੀ ਲੱਗਦਾ ਤੁਹਾਨੂੰ ਕਿ ਜਿਹੜਾ ਬੰਦਾ ਨਹੀਂ ਲਾਉਂਦਾ ਉਹਦਾ ਕੀ ਕਾਰਨ ਹੋਊਗਾ। ਸੋ ਕੋਈ ਬੰਦਾ ਕਹਿੰਦਾ ਕਿ ਮੈਂ ਨਹੀਂ ਭਾਜੀ ਸਟੋਪ ਲੌਸ ਲਾਉਂਦਾ ਜੀ, ਕੀ ਰੀਜ਼ਨ ਦਊਗਾ ਆਪਾਂ ਨੂੰ। ਸੋ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ 'ਚੋਂ ਜਿਹੜੇ ਨਹੀਂ ਲਾਉਂਦੇ ਕਿਉਂ ਨਹੀਂ ਲਾਉਂਦੇ। ਹਾਂਜੀ, ਮੇ ਬੀ ਟਰੇਡ ਫੇਵਰ 'ਚ ਆ ਜੇ, ਸੋ ਬੰਦਾ ਹੋਪ ਟਰੇਡਿੰਗ ਦੇ ਵਿੱਚ ਚੱਲ ਜਾਂਦਾ, ਆਸ ਦੇ ਵਿੱਚ ਕਿ ਆਜੂਗਾ, ਇਮੋਸ਼ਨਸ ਰੁਕੀ, ਨਵੇਂ ਬੰਦੇ ਆ, ਸਟੋਪ ਲੌਸ ਹਿੱਟ ਹੋ ਜਾਂਦਾ ਜਲਦੀ। ਸੋ ਕਈ ਬੰਦਿਆਂ ਦਾ ਇਹ ਹੁੰਦਾ ਕਿ ਸਟੋਪ ਲੌਸ ਜਲਦੀ ਹਿੱਟ ਕਰਕੇ ਬਾਹਰ ਕੱਢ ਦਿੰਦਾ, ਫਿਰ ਉਹ ਸਾਡੀ ਡਾਇਰੈਕਸ਼ਨ ਦੇ ਵਿੱਚ ਟਰੇਡ ਚੱਲ ਜਾਂਦੀ ਆ। ਸੋ ਸਹੀ ਆ ਜੀ, ਹੋਪ ਟਰੇਡਿੰਗ ਕਰਦੇ ਹੋ ਹੀ ਆਸ ਦੇ ਵਿੱਚ ਆ ਕਿ ਟਰੇਡ ਸਹੀ ਚੱਲ ਜੂ, ਸਹੀ ਪਾਸੇ ਸਾਡੇ ਵਾਲੀ ਡਾਇਰੈਕਸ਼ਨ ਦੇ ਵਿੱਚ ਚੱਲ ਜੂਗੀ ਕਿਤੇ ਨਾ ਕਿਤੇ। ਵੀ ਟਰੇਡ 'ਚੋਂ ਬਾਹਰ ਨਾ ਕੱਢੇ, ਉੱਥੋਂ ਬਾਊਂਸ ਬੈਕ ਹੋ ਜੇ, ਹਾਂਜੀ। ਸੋ ਜਿਹੜੇ ਤੁਸੀਂ ਕਾਰਨ ਦੱਸੇ ਆ ਫਿਰ ਸਾਰੇ ਸਹੀ ਕਾਰਨ ਆ, ਜਾਣੀ ਕਿ ਹੁਸ਼ਿਆਰ ਆਪਾਂ ਸਾਰੇ ਬਹੁਤ ਆ, ਪਤਾ ਆਪਾਂ ਨੂੰ ਸਾਰਾ ਕੁਝ ਆ, ਠੀਕ ਹੈ। ਹੁਣ ਇੱਥੇ ਤੁਸੀਂ ਦੇਖੋ ਕਿ ਜਿਹੜਾ ਤੁਸੀਂ ਸਟੋਪ ਲੌਸ ਲਾਉਣ ਦੇ ਕਾਰਨ ਦੱਸੇ ਉਹ ਵੀ ਸਹੀ ਦੱਸੇ, ਨਾ ਲਾਉਣ ਦੇ ਕਾਰਨ ਵੀ ਸਹੀ ਦੱਸੇ। ਹੁਣ ਕੁਐਸਚਨ ਐਂਡ 'ਤੇ ਕੀ ਆ ਜਾਂਦਾ ਆ ਕਿ ਤੁਸੀਂ ਫੋਲੋ ਕਿਹੜੇ ਕਰਨੇ ਆ, ਉਹਨੂੰ ਲਾਉਣ ਵਾਲੇ ਕਾਰਨ ਫੋਲੋ ਕਰਨੇ ਆ ਜਾਂ ਨਾ ਲਾਉਣ ਵਾਲੇ ਫੋਲੋ ਕਰਨੇ ਆ, ਠੀਕ ਹੈ। ਹੁਣ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਕਿ ਮੈਂ ਤਾਂ ਬਾਈ ਆਪਣਾ ਕੈਪੀਟਲ ਸੇਵ ਕਰਨੀ ਆ, ਉਹੀ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ, ਰਿਸਕ ਮੈਨੇਜ ਕਰਨਾ ਆ, ਠੀਕ ਹੈ ਜੀ, ਲੌਸ ਮਿਨੀਮਾਈਜ਼ ਕਰਨਾ ਆ, ਉਹ ਬੰਦਾ ਕੀ ਕਰੂਗਾ, ਸਟੋਪ ਲੌਸ ਲਾਊਗਾ। ਜਿਹਦੇ ਮਨ ਦੇ ਵਿੱਚ ਦੂਜੀਆਂ ਚੀਜ਼ਾਂ ਆ ਗਈਆਂ ਕਿ ਇਹ ਸ਼ਾਇਦ ਰਿਵਰਸ ਕਰ ਜੇ ਫਿਰ ਦੁਬਾਰਾ, ਜਾਂ ਹੋਪ ਟ੍ਰੇਡਿੰਗ ਕਰ ਰਿਹਾ ਆਸ ਆ ਇੱਕ ਕਿ ਹਾਂ ਆਸ ਦੇ ਵਿੱਚ ਮੁੜ ਜੂਗਾ, ਅਤੇ ਉਹਨੇ ਸਟੋਪ ਲੌਸ ਕੀ ਕਰਨਾ, ਨਹੀਂ ਲਾਉਣਾ।
ਹੁਣ ਐਂਡ 'ਤੇ ਕੀ ਕਿਹਦੇ 'ਤੇ ਆ ਗਿਆ ਜੀ, ਇਮੋਸ਼ਨ 'ਤੇ ਆ ਗਿਆ। ਠੀਕ ਆ, ਹੁਣ ਇਮੋਸ਼ਨ ਕਿੰਨਾ ਦੇ ਆ, ਇਮੋਸ਼ਨ ਕਿਹਦੇ ਕੰਟਰੋਲ ਦੇ ਵਿੱਚ ਆ ਜੀ, ਮੇਰੇ ਕੰਟਰੋਲ 'ਚ ਆ ਅਤੇ ਜਾਂ ਜਿਹੜਾ ਟ੍ਰੇਡ ਕਰ ਰਿਹਾ ਉਹਦੇ ਕੰਟਰੋਲ ਦੇ ਵਿੱਚ ਆ, ਚਾਹੇ ਤੁਸੀਂ ਮੇਰੇ ਨਾਲ ਹੀ ਟ੍ਰੇਡ ਕਰ ਰਹੇ ਹੋ। ਠੀਕ ਹੈ, ਇਮੋਸ਼ਨ ਕਿਹਦੇ ਕੰਟਰੋਲ ਦੇ ਵਿੱਚ ਆ, ਸੈਲਫ ਦੇ ਵਿੱਚ ਆ। ਠੀਕ ਹੈ, ਯਾਨੀ ਕਿ ਐਂਡ 'ਤੇ ਤੁਹਾਨੂੰ ਮੈਂ ਆਲਵੇਜ਼ ਦੱਸਦਾ ਹੁੰਦਾ ਵਾਂ, ਜਿੰਨਾ ਮੇਰੇ ਤੋਂ ਸੈਸ਼ਨ ਲਿਆ ਉਹਨਾਂ ਨੂੰ ਯਾਦ ਹੋਊਗਾ, ਜਾਂ ਲਾਈਵ 'ਤੇ ਵੀ ਆਪਾਂ ਲਾਈਵ ਟ੍ਰੇਡਿੰਗ 'ਤੇ ਬਹੁਤ ਗੱਲਬਾਤ ਕਰਦੇ ਹਾਂ ਸਾਈਕੋਲੋਜੀ ਦੀ, ਕਿ ਟ੍ਰੇਡਿੰਗ ਦੇ ਵਿੱਚ ਦੋ ਐਂਡ 'ਤੇ ਪੌੜੀਆਂ ਆ ਜਾਂਦੀਆਂ ਨੇ। ਜਿੱਦਾਂ ਮੰਨ ਲਓ ਆਹ ਪੌੜੀਆਂ ਨੇ, ਪੌੜੀ ਉੱਪਰ ਨੂੰ ਚੜ੍ਹ ਰਹੇ ਹਾਂ ਆਪਾਂ, ਸਟੇਅਰਸ। ਹੁਣ ਬੰਦਾ ਬ੍ਰੋਕਰ ਵੀ ਸਿੱਖ ਲੈਂਦਾ, ਚਾਰਟ ਵੀ ਸਿੱਖ ਲੈਂਦਾ, ਸਾਰਾ ਕੁਛ, ਪੈਟਰਨ ਦੂਜੇ ਤੀਜੇ 'ਤੇ ਜ਼ੋਰ ਲੱਗਾ ਹੁੰਦਾ। ਜਿਹੜੀਆਂ ਲਾਸਟ ਦੋ ਸਟੈਪ ਆ ਜੀ ਟ੍ਰੇਡਿੰਗ ਦੇ, ਉਹ ਹੈਗੇ ਇਮੋਸ਼ਨਸ ਅਤੇ ਸਾਈਕੋਲੋਜੀ। ਇਹਨਾਂ ਦੋਵਾਂ 'ਤੇ ਕੋਈ ਗੱਲਬਾਤ ਨਹੀਂ ਕਰਦਾ, ਇਮੋਸ਼ਨ ਅਤੇ ਸਾਈਕੋਲੋਜੀ 'ਤੇ, ਅਤੇ ਐਂਡ 'ਤੇ ਪਤਾ ਤੁਹਾਨੂੰ ਸਾਰਾ ਹੀ ਆ। ਹੁਣ ਤੁਸੀਂ ਦੇਖੋ ਕਿ ਤੁਹਾਨੂੰ, ਮੈਂ ਪੰਜਾਬੀ ਬੋਲ ਰਿਹਾ ਜੀ, ਡੂ ਯੂ ਸਪੀਕ ਇੰਗਲਿਸ਼ ਔਰ ਹਿੰਦੀ, ਪੰਜਾਬੀ ਬੋਲ ਰਿਹਾ ਜੀ ਹਿੰਦੀ, ਸੋ ਪਤਾ ਤੁਹਾਨੂੰ ਸਾਰਾ ਹੀ ਐਂਡ 'ਤੇ। ਫਿਰ ਗੱਲ ਆ ਜਾਂਦੀ ਹੈ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ, ਇਮੋਸ਼ਨ ਤੁਹਾਡੇ ਕੀ ਕਹਿ ਰਹੇ ਆ। ਜੇ ਉਹ ਤੁਸੀਂ ਨਹੀਂ ਕੰਟਰੋਲ ਕਰ ਰਹੇ ਅਤੇ ਡਿਸੀਜ਼ਨ ਗਲਤ ਬਣਾ ਲਿਆ, ਅਤੇ ਚਾਹੇ ਜਿੰਨਾ ਮਰਜ਼ੀ ਪਤਾ ਚਾਰਟ ਦਾ, ਐਂਟਰੀ ਸਹੀ ਹੋਊਗੀ, ਜੋ ਕੁਛ ਮਰਜ਼ੀ ਕਰੀ ਜਾਓ, ਮਾਰਕੀਟ 'ਚੋਂ ਪ੍ਰੋਫਿਟ ਲਓਗੇ, ਫਿਰ ਵਾਪਸ ਦੇ ਦਿਓਗੇ, ਲਓਗੇ ਫਿਰ ਵਾਪਸ ਦੇ ਦਿਓਗੇ, ਲਓਗੇ ਫਿਰ ਵਾਪਸ ਦੇ ਦਿਓਗੇ। ਸੋ ਇਹ ਹੋਣਾ ਆ। ਸੋ ਇਸ ਕਰਕੇ ਸਟੋਪ ਲੋਸ ਲਾਉਣਾ ਹੀ ਪੈਣਾ ਆ, ਨਹੀਂ ਤਾਂ ਇਹ ਸਰਕਲ ਤੁਹਾਡਾ ਚੱਲੀ ਜਾਣਾ, ਪੈਸਾ ਆਈ ਜਾਣਾ ਜਾਈ ਜਾਣਾ, ਉਹ ਤੁਸੀਂ ਗੋਲ ਚੱਕਰ ਦੇ ਆਲੇ ਦੁਆਲੇ ਘੁੰਮੀ ਜਾਣਾ, ਆਲੇ ਦੁਆਲੇ ਘੁੰਮੀ ਜਾਣਾ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੁੰਦਾ ਹਾਂ ਕਿ ਇੱਕ ਤਾਂ ਤੁਸੀਂ ਸਾਈਕਲ ਚਲਾ ਲਿਆ ਬਾਹਰ ਰੋਡ 'ਤੇ, ਅਤੇ ਇੱਕ ਤੁਸੀਂ ਜਿਮ ਦੇ ਵਿੱਚ ਜਾ ਕੇ ਜਿਹੜੇ ਉੱਥੇ ਸਾਈਕਲ ਲੱਗੇ ਹੁੰਦੇ ਉਹ ਚਲਾ ਲਿਆ। ਦੋਵਾਂ ਦੇ ਵਿੱਚ ਫਰਕ ਕੀ ਆ ਜੀ, ਸਾਈਕਲ ਚਲਾ ਰਹੇ ਇੱਕ ਤੁਸੀਂ ਰੋਡ 'ਤੇ ਚਲਾ ਰਹੇ ਹੋ ਬਾਹਰ, ਇੱਕ ਜਿਮ ਦੇ ਵਿੱਚ ਜਿਹੜਾ ਸਾਈਕਲ ਪਿਆ ਹੁੰਦਾ ਸਾਈਡ 'ਤੇ ਉਹ ਚਲਾ ਰਹੇ ਹੋ, ਦੋਵਾਂ ਦੇ ਵਿੱਚ ਫਰਕ ਕੀ ਆ, ਕੀ ਡਿਫਰੈਂਸ ਆ ਜੀ ਦੋਵਾਂ ਦੇ ਵਿੱਚ। ਕਹਿੰਦਾ ਆਈ ਲਾਈਕ ਟੂ ਕਾਰ ਵਾਲਾ, ਨੋ ਰਿਸਕ ਔਨ ਜਿਮ, ਰਿਸਕ ਔਨ ਐਟ ਰੋਡ, ਜਿਮ ਵਾਲਾ ਸੇਫ ਹੈ। ਠੀਕ ਆ ਜੀ, ਵਨ ਜਸਟ ਰੋਲਿੰਗ ਐਟ ਵਨ ਪਲੇਸ। ਸੋ ਜਗਜੀਤ ਜੀ ਨੇ ਸਹੀ ਆਂਸਰ ਦਿੱਤਾ, ਜਗਜੀਤ ਚੱਜ ਹੋਣਾ ਨੇ, ਸਾਈਕਲ ਦੋਵੇਂ ਆ, ਜ਼ੋਰ ਆਪਣਾ ਦੋਵਾਂ 'ਤੇ ਲੱਗ ਰਿਹਾ। ਠੀਕ ਆ, ਪੈਂਡਲ ਵੀ ਮਾਰ ਰਹੇ ਹਾਂ, ਲੱਤਾਂ ਉੱਪਰ ਥੱਲੇ ਜਾ ਰਹੀਆਂ ਨੇ, ਅਤੇ ਬਟ ਦੋਵਾਂ ਦੇ ਵਿੱਚ ਫਰਕ ਕੀ ਆ ਕਿ ਇੱਕ ਉੱਥੇ ਹੀ ਖੜ੍ਹਾ ਆ, ਜ਼ੋਰ ਉੱਥੇ ਵੀ ਲੱਗ ਰਿਹਾ, ਦੂਜਾ ਤੁਹਾਨੂੰ ਕਿਸੇ ਮੰਜ਼ਿਲ 'ਤੇ ਲੈ ਕੇ ਜਾਊਗਾ। ਹੁਣ ਜ਼ੋਰ ਤੁਹਾਡਾ ਟ੍ਰੇਡਿੰਗ ਦੇ ਵਿੱਚ ਉਨਾ ਹੀ ਲੱਗਣਾ ਆ। ਠੀਕ ਆ, ਚਾਹੇ ਤੁਸੀਂ ਸਟੋਪ ਲੋਸ ਲਾਉਣ ਵਾਲੀਆਂ ਟ੍ਰੇਡਾਂ ਕਰ ਲਓ, ਚਾਹੇ ਸਟੋਪ ਲੋਸ ਨਾ ਲਾ ਕੇ ਟ੍ਰੇਡ ਕਰੋ, ਬਟ ਸਟੋਪ ਲੋਸ ਨਾ ਲਾ ਕੇ ਟ੍ਰੇਡ ਕਰਨ ਵਾਲਾ ਤੁਹਾਡਾ ਜਿਮ ਵਾਲਾ ਸਾਈਕਲ ਆ, ਜ਼ੋਰ ਉੱਥੇ ਉਨਾ ਹੀ ਲੱਗਣਾ, ਤੁਹਾਡਾ ਦਿਮਾਗ ਵੀ ਉਨਾ ਹੀ ਲੱਗਣਾ, ਟ੍ਰੇਡ ਦੇ ਵਿੱਚ ਸਾਰਾ ਕੁਛ ਆ, ਟਾਈਮ ਵੀ ਉਹੀ ਦੇਣਾ, ਪੈਸੇ ਵੀ ਉਹੀ ਦੇਣੇ ਆ, ਬਟ ਇਸ ਸਾਈਕਲ ਨੇ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਣਾ, ਡੈਸਟੀਨੇਸ਼ਨ 'ਤੇ ਪਹੁੰਚਾਉਣਾ ਨਹੀਂ ਆ। ਦੂਸਰੇ ਸਾਈਕਲ ਨੇ ਕੀ ਆ ਕਿ ਐਕਸਰਸਾਈਜ਼ ਉਹਦੇ ਵਿੱਚ ਵੀ ਹੋਣੀ ਆ, ਬਟ ਉਹ ਤੁਹਾਨੂੰ ਕਿਤੇ ਪਹੁੰਚਾ ਦੂਗਾ ਜੇ ਤੁਸੀਂ ਕਿਤੇ ਜਾਣਾ, ਡਿਸਟੈਂਸ ਟਰੈਵਲ ਕਰਨਾ। ਤੇ ਹੁਣ ਟ੍ਰੇਡਿੰਗ ਦੇ ਵਿੱਚ ਜੇ ਤੁਸੀਂ ਅੱਗੇ ਪਹੁੰਚਣਾ, ਕਿਤੇ ਨਾ ਕਿਤੇ ਜਾਣਾ ਆ, ਪੈਸੇ ਬਣਾਉਣੇ ਆ, ਤਾਂ ਫਿਰ ਤੁਹਾਨੂੰ ਆਹ ਵਾਲੀ ਸਾਈਕਲ 'ਤੇ ਚੜ੍ਹਨਾ ਪੈਣਾ ਜਿਹੜਾ ਰੋਡ 'ਤੇ ਆਪਾਂ ਚਲਾ ਲੈਂਦੇ ਹਾਂ, ਯਾਨੀ ਕਿ ਸਟੋਪ ਲੋਸ ਲਾ ਕੇ ਹੀ ਚੱਲਣਾ ਪੈਣਾ ਆ। ਜੇ ਨਹੀਂ ਲਾਉਂਦੇ ਤਾਂ ਫਿਰ ਜ਼ੋਰ ਲੱਗੀ ਜਾਣਾ ਤੁਹਾਡਾ, ਉੱਥੇ ਦੀ ਉੱਥੇ ਆ, ਬਣ ਗਏ ਪੈਸੇ ਫਿਰ ਵਾਪਸ ਦੇ ਤੇ, ਬਣ ਗਏ ਪੈਸੇ ਫਿਰ ਵਾਪਸ ਦੇ ਤੇ, ਬਣ ਗਏ ਪੈਸੇ ਫਿਰ ਵਾਪਸ ਦੇ ਤੇ। ਸੋ ਬਾਲਿਆਂ ਦੇ ਨਾਲ ਇਹੀ ਚੀਜ਼ ਹੁੰਦੀ ਆ ਜੀ। ਸੋ ਇਹ ਤਾਂ ਥੋੜ੍ਹੀ ਜਿਹੀ ਆਪਾਂ ਇਮੋਸ਼ਨਲ ਸਾਈਡ 'ਤੇ ਗੱਲਬਾਤ ਕਰ ਲਈ, ਸਟੋਪ ਲੋਸ ਦੀ ਸਾਈਕੋਲੋਜੀ ਲੱਗੀ ਸਮਝ ਕਿ ਨਹੀਂ, ਲੰਘ ਗਿਆ ਉੱਤੋਂ ਦੀ। ਯੂ ਗਿਵ ਵੈਰੀ ਗੁੱਡ ਐਗਜ਼ਾਮਪਲ, ਥੈਂਕ ਯੂ ਹਰੀਸ਼ ਜੀ। ਹਾਂਜੀ ਗੁੱਡ ਆ ਜੀ। ਸੋ ਇਹ ਤਾਂ ਹੋ ਗਈ ਸਾਈਕੋਲੋਜੀ ਕਿ ਆਪਾਂ ਸਟੋਪ ਲੋਸ ਲਾਉਣਾ ਕਿਉਂ। ਹੁਣ ਮਾੜਾ ਜਿਹਾ ਇਹਨੂੰ ਡਿਲੀਟ ਕਰੀਏ, ਡਿਲੀਟ ਕਿੱਥੋਂ ਕਰਨਾ ਆ, ਮਿੱਠੇ ਰਬੜ ਕਿੱਥੇ ਆ ਜੀ, ਆਇਆ ਰੇਜ਼ ਆਲ ਵਾਲਾ ਨਹੀਂ ਹੈਗਾ, ਚਲੋ ਆ ਚੱਕਦੇ। ਸੋ ਹੁਣ ਆਪਾਂ ਗੱਲ ਕਰਨੀ ਆ ਥੋੜ੍ਹੀ ਜਿਹੀ ਉਹਦੀ ਪੈਸੇ ਨੂੰ ਲੈ ਕੇ,
ਕਿ ਜੇ ਸਟੋਪ ਲਾਸ ਨਹੀਂ ਲਾਉਂਦੇ ਤਾਂ ਕੀ ਹੁੰਦਾ, ਹੋਰ ਆਪਾਂ ਨੂੰ ਕੀ ਨੁਕਸਾਨ ਆ, ਇਹ ਤਾਂ ਹੋ ਗਈ ਸਾਈਕੋਲੋਜੀ ਕਿ ਲਗਾਉਣਾ ਕਿਉਂ ਆਪਾਂ ਸਟੋਪ ਲਾਸ। ਸੋ ਅੱਗੇ ਕਨਵਰਸੇਸ਼ਨ ਹੋਊਗੀ ਕਿ ਆਪਾਂ ਦੂਸਰਾ ਰੀਜ਼ਨ, ਥੋੜ੍ਹਾ ਜਿਹਾ ਇੱਕ ਪ੍ਰੈਕਟੀਕਲ ਰੀਜ਼ਨ, ਇਹ ਤਾਂ ਹੋ ਗਿਆ ਸਾਈਕੋਲੋਜੀ ਰੀਜ਼ਨ, ਕਈਆਂ ਨੂੰ ਪਤਾ ਲੱਗਣਾ, ਕਈਆਂ ਦੇ ਉੱਤਰ ਉਹਦੀ ਲੰਘੀ ਜਾਣਾ ਜਿਹੜੇ ਨਵੇਂ ਆ, ਵੀ ਪਤਾ ਨਹੀਂ ਬਾਈ ਕੀ ਗੱਲਾਂ ਕਰੀ ਜਾ ਰਿਹਾ ਯਾਰ, ਸਾਈਕੋਲੋਜੀ ਸਟੋਕ ਮਾਰਕੀਟ 'ਚ ਕਿੱਥੋਂ ਆ ਗਈ ਹੈ ਅਤੇ ਚਾਰਟ ਪੜ੍ਹਨ ਦਾ ਕੰਮ ਆ। ਸੋ ਕਈਆਂ ਨੇ ਇਹ ਸੋਚੀ ਜਾਣਾ ਇੱਥੇ ਬੈਠਿਆਂ ਨੇ ਕਿ ਉਹ ਤਾਂ ਚਾਰਟ ਜੇ ਆਉਂਦੇ ਆ ਤਾਂ ਫਿਰ ਸਾਈਕੋਲੋਜੀ ਮੋਸ਼ਨ ਕੀ ਕਰਨੇ ਫਿਰ ਤਾਂ ਸੈੱਟ ਆ। ਸੋ ਜਿਹੜੇ ਪੁਰਾਣੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਣਾ ਕਿ ਹਾਂ ਕੀ ਹੈ। ਹੁਣ ਜਿਹੜੇ ਨਵੇਂ ਆ ਉਹਨਾਂ ਦੇ ਲਈ, ਹੁਣ ਮੰਨ ਲਓ ਤੁਹਾਡੇ ਕੋਲ ਅਕਾਊਂਟ ਦੇ ਵਿੱਚ, ਇਗਜ਼ਾਮਪਲ ਜੀ ਲੈ ਲੈਂਦੇ ਹਾਂ, $3,000 ਆਪਾਂ ਲਾ ਲੈਂਦੇ ਹਾਂ, ਈਜ਼ੀ ਮੈਥ 5 ਵੀ ਲਾ ਸਕਦੇ ਹਾਂ, ਚਲੋ $3,000। ਹੁਣ ਤੁਸੀਂ ਇੱਕ ਟ੍ਰੇਡ ਦੇ ਵਿੱਚ ਗਏ, ਠੀਕ ਹੈ, ਸੋ ਮੰਨ ਲਓ ਕਿ ਬੋਇੰਗ ਦਾ ਸਟਾਕ ਤੁਸੀਂ ਬਾਏ ਕਰ ਲਿਆ, ਠੀਕ ਹੈ, ਅਤੇ ਉਹ ਸਾਰਾ $3,000 ਤੁਸੀਂ ਇਸ ਸਟਾਕ ਦੇ ਵਿੱਚ ਪਾ ਦਿੱਤਾ, ਉਹ ਹੁਣ ਬਾਏ ਕਰ ਲਿਆ ਅਤੇ ਉਹ ਸਟਾਕ ਥੱਲੇ ਡਿੱਗਣ ਲੱਗ ਗਿਆ, ਡਾਊਨ ਜਾਣ ਲੱਗ ਗਿਆ, ਹੁਣ ਤੁਹਾਡੇ $3,000 'ਚੋਂ ਪੈਸੇ ਮਾਈਨਸ ਹੋਣ ਲੱਗ ਗਏ ਜੀ, ਠੀਕ ਹੈ ਜੀ। ਸੋ ਮਾਈਨਸ ਹੋਣ ਲੱਗ ਗਏ ਪੈਸੇ, ਮਾਈਨਸ ਹੋਣ ਲੱਗ ਗਏ। ਹੁਣ ਤੁਹਾਡੇ ਕੋਲ ਹੈ ਉਹੀ ਸੀ, ਠੀਕ ਹੈ, ਉਹ ਘਟਣ ਲੱਗ ਗਏ ਅਤੇ ਤੁਸੀਂ ਬਾਹਰ ਨਹੀਂ ਆ ਰਹੇ, ਤੁਹਾਡਾ ਸਟੋਪ ਲਾਸ ਇੱਥੇ ਤੁਸੀਂ ਨਹੀਂ ਲਾਇਆ ਹੋਇਆ, ਹੁਣ ਉਹਦੇ ਨਾਲ ਕੀ ਹੋ ਗਿਆ, ਕੀ ਨੁਕਸਾਨ ਹੋ ਗਿਆ? ਇੱਕ ਤਾਂ ਤੁਹਾਡੇ ਪੈਸੇ ਕੀ ਹੋ ਗਏ, ਸਟੱਕ ਹੋ ਗਏ ਜੀ, ਦੂਸਰਾ ਲੋਸ ਮੈਕਸੀਮਾਈਜ਼ ਹੋ ਰਿਹਾ, ਮਿਨੀਮਾਈਜ਼ ਨਹੀਂ ਹੋ ਰਿਹਾ, ਤੀਸਰਾ ਕੀ ਹੋ ਗਿਆ ਉਹਦੇ ਨਾਲ ਕਰਨ ਦੇ ਨਾਲ, ਕਿ ਤੁਸੀਂ ਨੈਕਸਟ ਟ੍ਰੇਡ ਨਹੀਂ ਕਰ ਸਕਦੇ, ਸੋ ਕੈਨ ਨਾਟ ਡੂ ਨੈਕਸਟ ਟ੍ਰੇਡ, ਸੋ ਹੀ ਸਟੱਕ ਹੀ ਹੋ ਗਏ, ਬਟ ਇਹ ਆ ਕਿ ਨੈਕਸਟ ਟ੍ਰੇਡ ਦੇ ਵਿੱਚ ਵੀ ਤੁਸੀਂ ਨਹੀਂ ਜਾ ਸਕਦੇ। ਹੁਣ ਉਹਦੇ ਨਾਲ ਉਹ ਕੀ ਕਰ ਸਕਦੇ ਸੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਟ੍ਰੇਡ ਮੇਰੇ ਹਿਸਾਬ ਨਾਲ ਨਹੀਂ ਗਈ, ਸਟੋਪ ਲਾਸ ਲਾਓ, ਕੱਟ ਕਰੋ, ਬਾਹਰ ਕੱਢ ਲਓ ਪੈਸੇ, ਨੈਕਸਟ ਟ੍ਰੇਡ ਦੇ ਵਿੱਚ ਜਾ ਕੇ ਅਤੇ ਉੱਥੇ ਪੈਸੇ ਕਿਤੇ ਬਣਾ ਸਕਦੇ ਹਾਂ, ਤੁਹਾਡਾ ਲੋਸ ਰਿਕਵਰ ਹੋ ਸਕਦਾ। ਇਨਸਟੈਡ ਕਿ ਤੁਸੀਂ ਉਹਦੇ ਨਾਲ ਫਾਈਟ ਕਰੀ ਜਾਓ ਅਤੇ ਉਹ ਡਿੱਗੀ ਜਾਵੇ ਅਤੇ ਤੁਹਾਨੂੰ ਘਾਟਾ ਪਈ ਜਾਵੇ ਅਤੇ ਉੱਥੇ ਤੁਸੀਂ ਫਸ ਜਾਓ, ਠੀਕ ਹੈ ਜੀ। ਜੇ ਤੁਹਾਨੂੰ ਲੱਗਦਾ ਕਿ ਮੇਰੇ ਹਿਸਾਬ ਨਾਲ ਨਹੀਂ ਜਾ ਰਿਹਾ ਤਾਂ ਹੋਰ ਕਿਸੇ ਸਟਾਕ ਦੇ ਵਿੱਚ ਦੇਖ ਲਓ। ਹੁਣ ਇੱਥੇ ਕਈ ਬੰਦੇ ਇੱਕ ਹੋਰ ਗਲਤੀ ਕਰ ਜਾਂਦੇ ਜੀ, ਬਟ ਪਹਿਲਾਂ ਇਹਨੂੰ ਥੋੜ੍ਹਾ ਜਿਹਾ ਸਮਝ ਲਓ, ਇਹਨੂੰ ਮੈਂ ਰਿਪੀਟ ਕਰਕੇ ਫਿਰ ਅਗਲੀ ਚੀਜ਼ 'ਤੇ ਜਾਂਦਾ ਹਾਂ ਕਿ ਉੱਥੇ ਤੁਸੀਂ ਸਟੱਕ ਹੋ ਜਾਣਾ, ਪੈਸੇ ਤੁਹਾਡੇ ਸਟੱਕ ਆ, ਅਗਲੀ ਟ੍ਰੇਡ 'ਚ ਤੁਸੀਂ ਕਿਤੇ ਜਾ ਨਹੀਂ ਸਕਦੇ ਅਤੇ ਤੁਸੀਂ ਬੈਠੇ ਝਾਕ ਰਹੇ ਹੋ ਮਾਰਕੀਟ ਤੋਂ ਬਾਅਦ, ਬਾਹਰ ਬੈਠੇ ਝਾਕ ਰਹੇ ਹੋ ਅਤੇ ਬਾਕੀ ਜਿਹੜੀਆਂ ਸਾਈਡ 'ਤੇ ਹੋਰ ਓਪਰਚੁਨਿਟੀ ਸੀ ਉਹ ਤੁਹਾਡੇ ਸਾਹਮਣੇ ਅੱਖਾਂ ਦੇ ਅੱਗੋਂ ਲੰਘੀ ਜਾਂਦੀਆਂ ਕਿ ਸ਼ਾਇਦ 'ਚ ਵੀ ਯਾਰ ਮੈਂ ਪੈਸੇ ਪਾ ਲੈਂਦਾ ਤਾਂ ਇੱਥੇ ਬਣ ਜਾਣੇ ਸੀ, ਇਹ 'ਚ ਪਾ ਲੈਂਦਾ ਤਾਂ ਇਹਦੇ ਨਾਲ ਇੱਥੇ ਬਣ ਜਾਣੇ ਸੀ, ਇਹਦੇ 'ਚ ਪਾ ਲੈਂਦਾ ਤਾਂ ਇੱਥੇ ਬਣ ਜਾਣੇ ਸੀ, ਅਤੇ ਬਟ ਤੁਸੀਂ ਤੁਹਾਡੇ ਕੋਲ ਪੈਸੇ ਉੱਥੇ ਸਟੱਕ ਹੋ ਗਏ, ਤੁਸੀਂ ਬੈਠੇ ਹੁਣ ਵੇਟ ਕਰੀ ਜਾ ਰਹੇ ਹੋ ਕਿ ਕਦੋਂ ਰਿਵਰਸ ਹੋਵੇ ਅਤੇ ਕਦੋਂ ਮੇਰੇ ਪੈਸੇ ਪੂਰੇ ਹੋਣ ਅਤੇ ਮੈਂ ਫਿਰ ਕੁਛ ਨਾ ਕੁਛ ਕਰਾਂ, ਅਤੇ ਉਹ ਪਤਾ ਨਹੀਂ ਹੋਣਾ ਰਿਵਰਸ ਕੋਈ ਇੱਦਾਂ ਦੇ ਸਟੋਕ 'ਚ ਫਸ ਕੇ ਜਿਹੜਾ ਹੋਣਾ ਹੀ ਨਹੀਂ ਆ। ਜਸਟ ਐਗਜ਼ਾਮਪਲ, ਹੁਣ ਗੇਮ ਸਟੋਪ AMC ਉਹ ਕਿਸੇ ਨੇ 30 'ਤੇ ਬਾਏ ਕਰ ਲਿਆ ਹੋਣਾ ਜੀ, ਕਿਸੇ ਨੇ 40 'ਤੇ ਬਾਏ ਕਰ ਲਿਆ ਹੋਣਾ ਅਤੇ ਉਹ ਫਸ ਗਏ, ਹੁਣ ਉਹ 20 'ਤੇ ਆ ਗਿਆ, ਨਾ ਉਹਦੇ 'ਚੋਂ ਪੈਸੇ ਕੱਢਣ ਜੋਗੇ, ਹੁਣ ਉਹ ਵੇਟ ਕਰੀ ਜਾਣਗੇ ਕਿ ਕਦੋਂ ਦੁਬਾਰਾ 30, 40, 50, 60 'ਤੇ ਜਾਵੇ। ਇਹ ਨਹੀਂ ਕਿ ਨਹੀਂ ਜਾਣਾ, ਜਾ ਵੀ ਸਕਦਾ, ਬਟ ਉਦੋਂ ਤੱਕ ਉਹ ਫਸ ਗਏ, ਹੋਰ ਕੋਈ ਟ੍ਰੇਡ ਨਹੀਂ ਕਰ ਸਕਦੇ ਜੇ ਕਿਸੇ ਨੇ ਜ਼ਿਆਦਾ ਕੈਪੀਟਲ ਉੱਥੇ ਲਾ ਤੀ। ਸੋ ਇੱਥੇ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਐਕਸਪਲੇਨ ਕਰਨਾ ਚਾਹੁੰਦਾ ਹਾਂ, ਉਹ ਇਹ ਆ ਕਿ ਇੱਕ ਤਾਂ ਤੁਸੀਂ ਸਾਰੀ ਕੈਪੀਟਲ ਇੱਕ ਸਟਾਕ ਦੇ ਵਿੱਚ ਨਹੀਂ ਲਾਉਣੀ, ਫੁੱਲ ਕੈਪੀਟਲ ਜਿਹੜੀ ਆ ਤੁਹਾਡੀ, ਫੁੱਲ ਅਕਾਊਂਟ ਆ, ਉਹ ਇੱਕ ਸਟਾਕ ਦੇ ਵਿੱਚ ਨਹੀਂ ਜਾਣਾ ਚਾਹੀਦਾ, ਇੱਕ ਟ੍ਰੇਡ ਦੇ ਵਿੱਚ ਨਹੀਂ ਜਾਣਾ ਚਾਹੀਦਾ। ਮੰਨ ਲਓ 3,000 ਆ ਅਤੇ ਸਾਰੇ ਚੱਕ ਕੇ ਅਤੇ ਇੱਕ 'ਚ ਨਹੀਂ ਲਾ ਦੇਣਾ, 3,000 ਆ ਉਹਨੂੰ ਤੋੜ ਕੇ ਉਹ 'ਚੋਂ ਮੰਨ ਲਓ ਤੁਸੀਂ 50-60% ਮੈਕਸੀਮਮ, ਮੈਂ ਕਹਿੰਦਾ ਹੁੰਦਾ ਕਿ 60% ਮੈਕਸੀਮਮ ਇੱਕ ਅਕਾਊਂਟ ਦੇ ਵਿੱਚ ਲਾ ਸਕਦੇ ਹੋ ਜੇ ਤੁਹਾਡਾ ਸਮਾਲ ਅਕਾਊਂਟ ਆ, ਜੇ ਵੱਡਾ ਅਕਾਊਂਟ ਆ ਫਿਰ ਤਾਂ ਉਹਨੂੰ ਹੋਰ ਸਪਲਿਟ ਕਰ ਸਕਦੇ ਹੋ, ਬਟ ਮੈਕਸੀਮਮ 50-60% ਇੱਕ ਟ੍ਰੇਡ ਦੇ ਵਿੱਚ ਲਾਉਣਾ ਤੁਸੀਂ, ਇੱਕ ਟ੍ਰੇਡ ਦੇ ਵਿੱਚ ਮੈਕਸੀਮਮ। ਇੱਕ ਤਾਂ ਇਹ ਚੀਜ਼ ਆ, ਦੂਸਰੀ ਚੀਜ਼ ਕੀ ਆ ਕਿ ਜਿਹੜੀ ਗਲਤੀ ਨਹੀਂ ਕਰਨੀ, ਮੰਨ ਲਓ ਸਟਾਕ ਦੇ ਵਿੱਚ ਐਂਟਰ ਹੋ ਗਏ, ਤੁਹਾਡਾ ਸਟੋਪ ਲਾਸ ਹਿੱਟ ਹੋ ਗਿਆ ਅਤੇ ਬਾਹਰ ਆ ਗਏ ਤੁਸੀਂ,
ਹੁਣ ਇੱਥੇ ਆਹ ਬੰਦੇ ਬਹੁਤ ਗਲਤੀ ਕਰ ਲੈਂਦੇ ਆ। ਥੋੜ੍ਹੀ ਜਿਹੀ ਇੱਕ ਡਿਫਰੈਂਟ ਟਾਈਪ ਦੀ ਚੀਜ਼ ਦੱਸਣ ਲੱਗਾ ਤੁਹਾਨੂੰ, ਨੋਟ ਐਗਜੈਕਟਲੀ ਸਟੋਪ ਲੋਸ ਦੇ ਰਿਲੇਟਡ, ਬਟ ਮੰਨ ਲਓ ਤੁਸੀਂ ਸਟੋਪ ਲੋਸ ਕੱਟ ਕਰਕੇ ਬਾਹਰ ਆ ਗਏ ਆ, ਸਟੋਕ ਥੱਲੇ ਡਿੱਗ ਰਿਹਾ, ਉਹ ਇੱਥੋਂ ਫਿਰ ਥੱਲੇ ਨੂੰ ਐਂਟਰ ਹੋ ਜਾਂਦੇ ਚੱਕ ਕੇ। ਕੀ ਕਰਦੇ ਆ ਕਿ ਉਹ ਕਹਿੰਦੇ ਇਹਦੇ 'ਚੋਂ ਘਾਟਾ ਪੂਰਾ ਕਰਨਾ ਅਸੀਂ, ਠੀਕ ਹੈ। ਅਸੀਂ ਵੀ ਬਹੁਤ ਗਲਤੀਆਂ ਕੀਤੀਆਂ ਸ਼ੁਰੂ ਤੋਂ, ਬਹੁਤ ਜਾਣੇ ਕਰਦੇ ਆ, ਮੈਂ ਵੀ ਕੀਤੀਆਂ, ਨਹੀਂ ਕਿ ਮੈਂ ਨਹੀਂ ਕੀਤੀਆਂ, ਵੀ ਬਹੁਤ ਆਪਾਂ ਤਾਂ ਇੱਦਾਂ ਹੀ ਸੀ, ਬਟ ਗਲਤੀਆਂ ਕਰਕੇ ਹੀ ਸਿੱਖਦਾ ਬੰਦਾ। ਸੋ ਉਹ ਕੀ ਕਰਦੇ ਆ, ਦੂਜੇ ਪਾਸੇ ਨੂੰ ਐਂਟਰ ਹੋ ਜਾਂਦੇ ਫਿਰ ਜੇ ਥੱਲੇ ਡਿੱਗ ਰਿਹਾ, ਅਤੇ ਉਹ ਫਿਰ ਸਟੋਕ ਕਈ ਵਾਰੀ ਉੱਥੇ ਰਿਵਰਸ ਕਰ ਜਾਂਦਾ ਅਤੇ ਉਹਨੂੰ ਡਬਲ ਘਾਟਾ ਪੈ ਜਾਂਦਾ ਨਾਲ ਦੀ ਨਾਲ। ਅਤੇ ਫਿਰ ਇਹੋ ਜਿਹੇ ਬੰਦਿਆਂ ਦਾ ਸਟੋਪ ਲੋਸ ਤੋਂ ਵਿਸ਼ਵਾਸ ਉੱਠ ਜਾਂਦਾ, ਉਹ ਨਹੀਂ ਫਿਰ ਲਾਉਂਦੇ, ਠੀਕ ਹੈ। ਤੁਹਾਡੇ 'ਚੋਂ ਵੀ ਜਿਹੜੇ ਸਟੋਪ ਲੋਸ ਨਹੀਂ ਲਾ ਰਹੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਇਹ ਚੀਜ਼ ਹੋਈ ਹੋਊਗੀ, ਤੁਹਾਡਾ ਸਟੋਪ ਲੋਸ ਹਿੱਟ ਹੋਇਆ, ਤੁਸੀਂ ਬਾਹਰ ਆ ਗਏ, ਆਪਣੇ ਵੱਲੋਂ ਤੁਸੀਂ ਵਧੀਆ ਕੀਤਾ, ਤੁਸੀਂ ਕਿਹਾ ਚੱਲ ਹੁਣ ਦੂਜੇ ਪਾਸੇ ਨੂੰ ਐਂਟਰ ਹੋ ਜਾਂਦੇ ਹਾਂ, ਥੱਲੇ ਜਾਣ ਲੱਗ ਗਿਆ। ਅਤੇ ਉਹਦੇ ਨਾਲ ਕੀ ਹੋਇਆ ਕਿ ਉਹ ਥੱਲੇ ਜਾਣ ਲੱਗ ਗਿਆ, ਤੁਸੀਂ ਦੂਜੇ ਪਾਸੇ ਨੂੰ ਐਂਟਰ ਹੋ ਗਏ, ਅਤੇ ਉਹ ਫਿਰ ਉੱਪਰ ਨੂੰ ਉੱਥੇ ਰਿਵਰਸ ਕਰ ਗਿਆ, ਅਤੇ ਤੁਸੀਂ ਫਿਰ ਦੋਵੇਂ ਪਾਸੇ ਫਸ ਗਏ ਜੀ। ਤਾਂ ਕਰਕੇ ਤੁਸੀਂ ਇਹ ਕਰਨੀ ਕਿ ਜਦੋਂ ਸਟੋਪ ਲੋਸ ਹਿੱਟ ਹੋ ਗਿਆ, ਫਿਰ ਉਸ ਸਟੋਕ ਦੇ ਵਿੱਚ ਦੁਬਾਰਾ ਰਾਈਟ ਵੇ ਟ੍ਰੇਡ ਨਹੀਂ ਲੈਣੀ, ਕੋਈ ਹੋਰ ਓਪਰਚੁਨਿਟੀ ਲੱਭ ਲਓ। ਸੋ ਕੋਈ ਹੋਰ ਓਪਰਚੁਨਿਟੀ ਲੱਭ ਲਓ ਅਤੇ ਉਹਦੇ ਵਿੱਚ ਜਾ ਕੇ ਟ੍ਰੇਡ ਕਰ ਲਓ, ਇਨਸਟੈਂਟ ਕਿ ਤੁਸੀਂ ਉਹਦੇ ਨਾਲ ਹੀ ਵਾਰ ਵਾਰ ਟ੍ਰੇਡ ਕਰੀ ਜਾਓ, ਉਹਦੇ ਨਾਲ ਹੀ ਵਾਰ ਵਾਰ, ਠੀਕ ਹੈ। ਫਿਰ ਉੱਥੇ ਕੀ ਆ ਕਿ ਲੋਸ ਤੁਹਾਡਾ ਹੋਰ ਹੋ ਹੀ ਜਾਣਾ, ਤੁਸੀਂ ਤੁਹਾਡਾ ਸਟੋਪ ਲੋਸ ਤੋਂ ਵਿਸ਼ਵਾਸ ਉੱਠ ਜਾਣਾ। ਸੋ ਉਹ ਚੀਜ਼ ਕਦੇ ਨਹੀਂ ਕਰਨੀ, ਵੇਟ ਕਰੋ ਉਹਨੂੰ, ਫਿਰ ਜੇ ਏਰੀਆ ਕੋਈ ਵਧੀਆ ਬਣਾਉਂਦਾ ਆ ਤੁਹਾਡੇ ਹਿਸਾਬ ਦਾ, ਫਿਰ ਐਂਟਰ ਹੋਣਾ। ਇਮੋਸ਼ਨਲੀ ਨਹੀਂ ਹੋਣਾ ਕਿ ਅੱਛਾ ਮੈਂ ਉੱਪਰ ਨੂੰ ਸੋਚਿਆ ਸੀ, ਉੱਪਰ ਨੂੰ ਨਹੀਂ ਜਾਣ ਲੱਗਾ, ਥੱਲੇ ਚੱਲਣ ਲੱਗਾ, ਚੱਲ ਹੁਣ ਉਹਨੂੰ ਸ਼ਾਰਟ ਕਰ ਦਈਏ, ਉਹ ਚੀਜ਼ ਨਹੀਂ ਕਰਨੀ। ਸੋ ਇੱਥੇ ਮੈਨੂੰ ਲੱਗਦਾ ਕਿ ਸਟੋਪ ਲੋਸ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਲਾਉਣਾ ਕਿਉਂ ਆ, ਰੀਜ਼ਨ ਕੀ ਆ, ਤੁਹਾਨੂੰ ਮੈਂ ਦੱਸ ਦਿੱਤੀ ਕਿ ਐਂਡ 'ਤੇ ਕੰਟਰੋਲ ਤੁਹਾਡੇ 'ਚ ਹੀ ਆ, ਇਮੋਸ਼ਨ ਤੁਹਾਡੇ ਆ, ਕੰਟਰੋਲ ਤੁਸੀਂ ਕਰਨਾ, ਪਤਾ ਤੁਹਾਨੂੰ ਪਤਾ ਹੈਗਾ ਦੋਵਾਂ ਚੀਜ਼ਾਂ ਦਾ ਕਿ ਜੇ ਲਾਉਂਦੇ ਆ ਤਾਂ ਆਹ ਚੀਜ਼ਾਂ, ਜੇ ਨਹੀਂ ਲਾਉਂਦੇ ਤਾਂ ਆਹ ਚੀਜ਼ਾਂ ਆ, ਬਟ ਲਾਉਣਾ ਐਂਡ 'ਤੇ ਤੁਹਾਨੂੰ ਪੈਣਾ। ਫਿਰ ਜਿਹੜੀਆਂ ਸਟੋਪ ਲੋਸ ਲਾ ਕੇ ਵੀ ਗਲਤੀਆਂ ਕਰ ਲੈਂਦੇ ਆ, ਉਹ ਤੁਹਾਨੂੰ ਮੈਂ ਦੱਸ ਦਿੱਤੀਆਂ ਕਿ ਤੁਸੀਂ ਰਾਈਟ ਵੇ ਇਮੋਸ਼ਨ ਦੇ ਨਾਲ ਸੇਮ ਟ੍ਰੇਡ ਦੇ ਵਿੱਚ ਨਹੀਂ ਐਂਟਰ ਹੋਣਾ, ਅਤੇ ਇੱਕ ਆਪਣੀ ਸਾਰੀ ਕੈਪੀਟਲ ਇੱਕ ਟ੍ਰੇਡ ਦੇ ਵਿੱਚ ਨਹੀਂ ਲਾਉਣੀ, ਉੱਥੇ ਫਿਰ ਬੰਦਾ ਵੈਸੇ ਹੀ ਸਟੱਕ ਹੋ ਜਾਂਦਾ ਜੀ। ਸੋ ਇਹ ਸੀ ਜੀ ਆਪਣਾ ਅੱਜ ਦਾ ਸ਼ਾਰਟ ਦੇ ਉੱਪਰ ਗੱਲਬਾਤ, ਥੋੜ੍ਹੀ ਜਿਹੀ ਸਾਈਕੋਲੋਜੀ ਦੇ ਉੱਪਰ।